ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਆਪਣਾ ਲਾਸਟ ਵਲੌਗ ਪਾਰਟ 1 ਕੋਠੀ ਮਹਾਰਾਜਾ ਦਲੀਪ ਸਿੰਘ ਬੱਸੀਆਂ ਦੇਖ ਚੁੱਕੇ ਹੋ, ਅਤੇ ਇਸੇ ਤਰ੍ਹਾਂ ਉਹ ਜਿਹੜਾ ਵਲੌਗ ਆ ਬਹੁਤ ਜ਼ਿਆਦਾ ਲੰਬਾ ਹੋ ਰਿਹਾ ਸੀ, ਅਤੇ ਆਪਾਂ ਉਹਦਾ ਪਾਰਟ 2 ਬਣਾ ਕੇ ਤੁਹਾਡੇ ਲਈ ਹਾਜ਼ਰ ਹਾਂ। ਅਤੇ ਅੱਜ ਆਪਾਂ ਕੋਠੀ ਮਹਾਰਾਜਾ ਦਲੀਪ ਸਿੰਘ ਪਾਰਟ 2 ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਅਤੇ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਪੋਸਟਰ ਲੱਗਾ ਹੋਇਆ, ਇਹ ਜਿਹੜੀ ਲਾਸਟ ਮੂਵੀ ਸਤਿੰਦਰ ਸਰਤਾਜ ਦੀ ਆਈ ਸੀ, ਦੀ ਲਾਸਟ ਮਹਾਰਾਜਾ ਪੰਜਾਬ, ਅਤੇ ਇਹ ਮੂਵੀ ਦਾ ਪੋਸਟਰ ਲੱਗਾ ਹੋਇਆ, ਉਹਦੀ ਸ਼ੂਟਿੰਗ ਇੱਥੇ ਹੋਈ ਸੀ ਥੋੜ੍ਹੀ ਬਹੁਤੀ। ਅਤੇ ਵਿਰਾਸਤੀ ਰਸੋਈ ਆ ਪਾਰਟ 2 ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਅੰਦਰੋਂ ਵਿਖਾ ਕੇ ਵਿਰਾਸਤੀ ਰਸੋਈ, ਜਿਹੜੀ ਕਿ ਹੁਣ ਕੈਫੇਟੇਰੀਆ ਦਾ ਰੂਪ ਧਾਰਨ ਕਰ ਚੁੱਕੀ ਹੈਗੀ, ਅਤੇ ਇੱਥੇ ਆਪਾਂ ਨੂੰ ਭੁੱਖ ਵੀ ਲੱਗਿਆ ਹੀ ਹੈ, ਅਤੇ ਆਪਾਂ ਜਿੰਮੀ ਦੇ ਨਾਲ ਥੋੜ੍ਹਾ ਬਹੁਤਾ ਕੁਛ ਖਾਂਦੇ ਹਾਂ, ਲਿਟਲ ਬਿਟ ਖਾਵਾਂਗੇ ਜ਼ਿਆਦਾ ਨਹੀਂ, ਅਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਵਲੌਗ ਦੀ ਸ਼ੁਰੂਆਤ। ਆ ਜਾਓ ਖਾ ਲੈਣੇ, ਚਲੋ ਇੱਕ ਹਾਂਜੀ ਜਿੰਮੀ ਜੀ, ਥੋੜ੍ਹਾ ਮੈਂ ਕਿਹਾ ਕਾਫੀ ਟਾਈਮ ਤੋਂ ਸ਼ੂਟ ਕਰਦੇ ਪਏ ਸੀਗੇ, ਥੋੜ੍ਹੀ ਰੈਸਟ ਕਰ ਲਈਏ, ਤੇ ਚਾਹ ਪਾਣੀ ਪੀ ਲਓ, ਵਧੀਆ ਇੱਥੇ ਬਹਿ ਲਓ, ਵਧੀਆ ਨਹੀਂ ਬਹੁਤ ਵਧੀਆ ਕੈਫੇਟੇਰੀਆ ਬਣਿਆ ਹੋਇਆ ਨਾ, ਕਾਬਲੇ ਤਾਰੀਫ ਆ। ਲੇਕਿਨ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਵੀ ਜਿਹੜਾ ਨਾ ਮੈਂ ਵਿੰਡੋ ਵਾਲੀ ਸੀਟ 'ਚ ਬਹਿਣਾ, ਸਭ ਤੋਂ ਵਧੀਆ ਗੱਲ ਇਹ ਲੱਗੀ ਜਿੰਮੀ ਮੈਂ ਵਿੰਡੋ ਵਾਲੀ ਸੀਟ 'ਚ ਬਹਿਣਾ, ਅੱਜ ਮੈਂ ਵਿੰਡੋ ਸੀਟ ਲੈਣੀ ਹੈ, ਆਪਾਂ ਬਹਿਣਾ ਜੇ ਵਿੰਡੋ ਸੀਟ 'ਚ। ਲਓ ਜੀ ਖਾਣਾ ਪਾਣੀ ਹੋ ਗਿਆ, ਹਲਕਾ ਜਿਹਾ ਆਪਾਂ ਖਾ ਲਿਆ, ਅਤੇ ਇਹ ਆਪਾਂ ਦੇਖ ਰਹੇ ਹਾਂ ਮਹਾਰਾਜਾ ਦਲੀਪ ਸਿੰਘ ਦਾ ਸਟੈਚੂ, ਜਿਹੜਾ ਕਿ ਬਾਹਰ ਬਣਿਆ ਹੋਇਆ ਅਤੇ ਬਹੁਤ ਹੀ ਸੁੰਦਰ ਆ। ਅਤੇ ਇਹ ਲਓ ਜੀ ਆਪਾਂ ਕਰ ਲਈ ਆ ਐਂਟਰੀ ਕੋਠੀ ਦੀ, ਅਤੇ ਇਹਦੇ ਵਿੱਚ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਲਾਈਫ ਇਨ ਇੰਗਲੈਂਡ, ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਰਹੀ। ਅਤੇ ਇਹ ਜੋ ਆਪਾਂ ਸਾਹਮਣੇ ਦੇਖ ਰਹੇ ਹਾਂਗੇ, ਇਹ ਪੁਰਾਤਨ ਕਾਲ ਦੇ ਸਿੱਕੇ ਆ, ਸਿੱਕੇ ਨਹੀਂ ਗਏ ਤੁਸੀਂ ਕਹਿ ਲਓ ਵੀ ਇਹ ਉਹਨਾਂ ਦੀ ਫਸਟ ਕਾਪੀ ਆ। ਅਤੇ ਆਹ ਸਭ ਤੋਂ ਖਾਸ ਚੀਜ਼ ਜਿਹੜਾ ਹੀਰਾ ਕੋਹੇਨੂਰ, ਜੋ ਕਿ ਇੰਗਲੈਂਡ ਵਿੱਚ ਲਿਜਾਇਆ ਜਾ ਚੁੱਕਿਆ, ਇਹ ਵੀ ਉਹਦੀ ਫਸਟ ਕਾਪੀ ਆ। ਅਤੇ ਆਪਾਂ ਬੜੇ ਖੁਸ਼ਕਿਸਮਤ ਆ ਵੀ ਆਪਾਂ ਨੂੰ ਇਹ, ਚਲੋ ਮੈਂ ਫਿਰ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਜਿਨ੍ਹਾਂ ਨੇ ਇਹ ਉੱਦਮ ਕੀਤਾ ਅਤੇ ਆਪਣੇ ਲਈ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ, ਇਹਨਾਂ ਦੀ ਫਸਟ ਕਾਪੀ ਬਣਵਾਈ। ਇਹ ਵੀ ਕੁਰਸੀ ਉਹ ਆ ਜਿਹੜੀ ਕਿ ਉੱਥੇ ਅਜਾਇਬ ਘਰ ਦੇ ਵਿੱਚ ਲੰਡਨ 'ਚ ਪਈ ਆ, ਜਿਹਦੇ ਉੱਤੇ ਮਹਾਰਾਜਾ ਦਲੀਪ ਸਿੰਘ ਬੈਠਿਆ ਕਰਦੇ ਸੀ। ਅਤੇ ਇਸੇ ਤਰ੍ਹਾਂ ਹੀ ਇਹ ਵੱਡੀਆਂ ਵੱਡੀਆਂ ਪਿਕਚਰਸ ਬਣਾਈਆਂ ਨੇ, ਜਿਹਦੇ ਵਿੱਚ ਟਾਈਮ ਟੂ ਟਾਈਮ ਦਾ ਜਿਹੜਾ ਇਤਿਹਾਸ ਆ ਉਹ ਪਰੋਇਆ ਗਿਆ ਫੋਟੋਆਂ ਦੇ ਨਾਲ। ਅਤੇ ਤੁਸੀਂ ਇਹਦੇ ਵਿੱਚ ਜ਼ਰੂਰ ਪਹੁੰਚੋ, ਜ਼ਰੂਰ ਜਾਓ, ਅਤੇ ਇਹਦਾ ਇਤਿਹਾਸ ਤੋਂ ਜਾਣੂ ਹੋਵੋ। ਅਤੇ ਇਹ ਉਹ ਕੋਠੜੀ ਦਾ ਗੇਟ ਆ, ਕੋਠੀ ਦਾ, ਜਿੱਥੇ ਉਦੋਂ ਇੱਕ ਰਾਤ ਦੇ ਲਈ ਮਹਾਰਾਜਾ ਰਣਜੀਤ ਸਿੰਘ ਦੇ, ਤੁਸੀਂ ਵੰਸ਼ ਨੂੰ ਤੁਸੀਂ ਕਹਿ ਲਓ ਵੀ ਮਹਾਰਾਜਾ ਦਲੀਪ ਸਿੰਘ ਨੂੰ ਕੈਦ ਕਰਕੇ ਰੱਖਿਆ ਗਿਆ ਸੀ, ਉਹ ਇੱਕ ਰਾਤ ਇੱਥੇ ਰਹੇ ਸੀ। ਇਹ ਹੈਗਾ ਜੀ ਫੈਮਿਲੀ ਐਂਡ ਦੀ ਲਾਸਟ ਡੇਸ, ਪਰਿਵਾਰ ਅਤੇ ਆਖਰੀ ਜੀਵਨ। ਇਹ ਜੀ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਦੇ ਉਹ ਬੱਚੇ ਹੈਗੇ, ਅਤੇ ਇਹ ਉਹਨਾਂ ਦੀ ਜਿਹੜੀ ਤੁਸੀਂ ਕਹਿ ਲਓ ਵੀ ਈਸਾਈ ਬਣ ਚੁੱਕੇ ਸੀਗੇ ਕ੍ਰਿਸਚਨ, ਅਤੇ ਉਹਨਾਂ ਦੀ ਜਿਹੜੀ ਮਤਲਬ ਬੋਡੀ ਆ ਦਫਨਾਈ ਗਈ ਸੀਗੀ, ਅਤੇ ਉਹਦਾ ਇਹ ਪਿਛਲੇ ਪਾਸੇ ਦਾ ਜਿਹੜਾ ਹੈਗਾ ਇੰਗਲੈਂਡ ਦੇ ਵਿੱਚ ਸਟੈਚੂ, ਤਾਂ ਇਹ ਉਹਦੀ ਫੋਟੋ ਆ।
ਅਤੇ ਇਹ ਉਹਨਾਂ ਦੇ ਬੱਚੇ ਹੈਗੇ, ਉਹਨਾਂ ਦੀਆਂ ਤਿੰਨ ਬੇਟੀਆਂ, ਉਹਨਾਂ ਦੇ 6 ਬੱਚੇ ਸੀਗੇ। ਆਪਾਂ ਤੁਹਾਨੂੰ ਉਸ ਇਤਿਹਾਸ ਤੋਂ ਇੱਥੇ ਆ ਕੇ ਮੈਨੂੰ ਵੀ ਪਤਾ ਲੱਗਾ। ਅਤੇ ਹਾਂ, ਇਹਦੇ ਵਿੱਚ ਇੱਕ ਗੱਲ ਹੋਰ ਆ ਵੀ ਗੋਰਿਆਂ ਨੇ ਉਸ ਟਾਈਮ ਦੇ ਉੱਤੇ ਵੀ ਬੜੀਆਂ ਸਾਜ਼ਿਸ਼ਾਂ ਰਚੀਆਂ, ਜਿਹਦੇ ਕਰਕੇ ਉਹਨਾਂ ਦੇ 6 ਬੱਚੇ ਹੋਏ ਅਤੇ 6 ਬੱਚਿਆਂ ਨੂੰ ਕਹਿੰਦੇ ਵੀ ਖਾਣੇ ਦੇ ਵਿੱਚ ਇਹੋ ਜਿਹੀ ਜ਼ਹਿਰੀਲੀ ਚੀਜ਼ ਮਿਲਾ ਕੇ ਦਿੱਤੀ ਗਈ ਵੀ ਉਹ 6 ਬੱਚਿਆਂ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਹੈਗਾ ਉਹਨਾਂ ਦੇ ਅੱਗੇ ਔਲਾਦ ਸੰਤਾਨ ਨਹੀਂ ਬਣੀ, ਅਤੇ ਇਹ ਉਹਨਾਂ ਦਾ ਲਾਸਟ ਵੰਸ਼ ਆ। ਇਹ ਕੁਰਸੀਨਾਮਾ ਕਹਿ ਸਕਦੇ ਹਾਂ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਣੀ ਜਿੰਦਾ ਅਤੇ ਅੱਗੇ ਦੀ ਅੱਗੇ ਉਹਨਾਂ ਦਾ ਜਿਵੇਂ ਕੁਰਸੀਨਾਮਾ ਬਣਿਆ ਹੋਇਆ ਉਹ ਇੱਥੇ ਹਾਜ਼ਰ ਆ। ਉਹਨਾਂ ਦੀ ਡੇਟ ਆਫ ਬਰਥ ਤੋਂ ਲੈ ਕੇ ਉਹਨਾਂ ਦੇ ਡੈਥ ਆਫ ਡੇਟ ਤੱਕ ਦਾ ਸਾਰਾ ਜਿਹੜਾ ਬਿਊਰਾ ਇਸ ਉੱਤੇ ਲਿਖਿਆ ਹੋਇਆ ਹੈ। ਅਤੇ ਆਪਾਂ ਨੂੰ ਬੜੀ ਇਹ ਚੀਜ਼ਾਂ ਦੇਖ ਕੇ ਨਾ ਖੁਸ਼ੀ ਹੋਈ ਵੀ ਆਪਾਂ ਕਿਤੇ ਜਾ ਕੇ ਤਾਂ ਉਹ ਇਤਿਹਾਸ ਨੂੰ ਪੜ੍ਹ ਸਕਦੇ ਹਾਂ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਰਾਜ ਦੇ ਨਾਲ ਸੰਬੰਧਿਤ ਆ। ਬਹੁਤ ਸੋਹਣੇ ਪੋਸਟਰਸ ਬਣੇ ਹੋਏ ਆ, ਬਹੁਤ ਸੋਹਣੀਆਂ ਉੱਤੇ ਪਿਕਚਰਸ ਬਣੀਆਂ ਹੋਈਆਂ ਨੇ, ਅਤੇ ਹਿਸਟਰੀ ਨੂੰ ਬੜਾ ਹੀ ਬਰੀਫ ਕਰਕੇ ਲਿਖਿਆ ਗਿਆ ਹੈ। ਸੋ ਆਪਾਂ ਨੂੰ ਇਹ ਜਿਹੜੀ ਚੀਜ਼ ਆ ਬਹੁਤ ਹੀ ਵਧੀਆ ਲੱਗੀ। ਅਤੇ ਇੱਥੇ ਪੂਰਾ ਐਕਸਪਲੇਨ ਵੀ ਕਰਦੇ ਹੈਗੇ, ਅਤੇ ਜਿਵੇਂ ਕਿ ਇਹਨਾਂ ਦਾ ਜਿਹੜਾ ਗਾਈਡ ਆ ਉਹ ਬਹੁਤ ਹੀ ਵਧੀਆ ਗਾਈਡ ਆ, ਉਹਨੇ ਇੰਨੇ ਕੁ ਵਧੀਆ ਤਰੀਕੇ ਨਾਲ ਆਪਾਂ ਨੂੰ ਐਕਸਪਲੇਨ ਕੀਤਾ ਵੀ ਆਪਾਂ ਕਹਿ ਸਕਦੇ ਹਾਂ ਥੋੜ੍ਹਾ ਨਾ ਗਲਾ ਜ਼ਿਆਦਾ ਖਰਾਬ ਹੋਣ ਦੇ ਕਾਰਨ ਬੋਲਣਾ ਥੋੜ੍ਹਾ ਔਖਾ ਹੋ ਰਿਹਾ, ਪਰ ਕੋਈ ਗੱਲ ਨਹੀਂ, ਆਪਾਂ ਤੁਹਾਡੇ ਨਾਲ ਐਕਸਪਲੇਨ ਕਰਾਂਗੇ। ਬਚਪਨ ਦੇ ਦਿਨ, ਇਹ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਵੀ ਆ ਗਈਆਂ ਜੀ। ਹਾਂ, ਇਹ ਸਭ ਤੋਂ ਜ਼ਿਆਦਾ ਖਾਸ ਚੀਜ਼ ਇਹ ਹੈ ਜੀ ਜਿਹੜੀ ਆਪਾਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਵੀ ਜਿਹੜਾ ਆਸਣ ਲੱਗਿਆ ਹੋਇਆ ਹੈਗਾ, ਤੁਸੀਂ ਇਹਨੂੰ ਕਹਿ ਸਕਦੇ ਹੋ ਵੀ ਇਹ ਉਹਦੀ ਫਸਟ ਕਾਪੀ ਆ ਜਿਹਦੇ ਉੱਤੇ ਕਿ 2.5 ਟਨ ਸੋਨਾ ਲੱਗਾ ਹੋਇਆ, ਅਤੇ ਜਿਹੜਾ ਕਿ ਉਸ ਟਾਈਮ 'ਤੇ ਅੰਗਰੇਜ਼ ਇੱਥੋਂ ਲੈ ਗਏ ਸੀ, ਅਤੇ ਜਿਹੜਾ ਕਿ ਹੁਣ ਵੀ ਇੰਗਲੈਂਡ ਦੇ ਵਿੱਚ ਉੱਥੇ ਮੌਜੂਦ ਆ। ਕਮਾਲ ਦੀ ਗੱਲ ਆ, ਕਿੰਨਾ ਸੋਹਣਾ ਇੱਥੋਂ ਲਿਜਾਇਆ ਗਿਆ। ਕਹਿ ਰਹੇ ਆ ਮਤਲਬ ਜੋ ਗਾਈਡ ਨੇ ਆਪਾਂ ਨੂੰ ਦੱਸਿਆ ਵੀ ਕੋਹੇਨੂਰ ਹੀਰੇ ਦੀ ਕੀਮਤ ਹੀ ਬਹੁਤ ਜ਼ਿਆਦਾ, ਅਤੇ ਇਹ ਉਹਨਾਂ ਦੀ ਤਲਵਾਰ ਆ ਜਿਸ ਦਾ ਕਿ ਬਹੁਤ ਹੀ ਜ਼ਿਆਦਾ ਵੇਟ ਆ ਅਤੇ ਬਹੁਤ ਹੀ ਵੱਡੀ ਆ ਅਤੇ ਹੈਵੀ ਆ, ਮਹਾਰਾਜਾ ਦਲੀਪ ਸਿੰਘ ਜੀ ਦੀ। ਅਤੇ ਉਹਨਾਂ ਦੇ ਬਰਥ ਦੇ ਬਾਰੇ ਸਾਰਾ ਐਕਸਪਲੇਨ ਕੀਤਾ ਗਿਆ ਹੈਗਾ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਆਉਣਾ ਚਾਹੀਦਾ ਹੈਗਾ ਅਤੇ ਦੇਖਣਾ ਚਾਹੀਦਾ, ਇਤਿਹਾਸ ਤੋਂ ਜਾਣੂ ਹੋਵੋ। ਅਤੇ ਇਹ ਉਹਨਾਂ ਦੀ ਇੰਗਲੈਂਡ ਦੇ ਵਿੱਚ ਪਹਿਨੀ ਜਾਣ ਵਾਲੀ ਡਰੈੱਸ ਦੀ ਫਸਟ ਕਾਪੀ ਆ। ਹਾਂ, ਇਹ ਡਰੈੱਸ ਖੂਬ ਆ ਖੂਬ ਉੱਥੇ ਇੰਗਲੈਂਡ ਦੇ ਵਿੱਚ ਵੀ ਤੁਹਾਨੂੰ ਇੱਦਾਂ ਹੀ ਮਿਲੂਗੀ, ਇੱਦਾਂ ਹੀ ਉੱਥੇ ਉਹਨਾਂ ਨੇ ਰੱਖੀ ਹੋਈ ਆ। ਅਤੇ ਇਹ ਉਹਨਾਂ ਦੀ ਦਸਤਾਰ ਛੋਟੇ ਹੁੰਦਿਆਂ ਦੀ ਕਿੱਦਾਂ ਸਜਾਉਂਦੇ ਸੀਗੇ, ਅਤੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਮਸੂਰੀ ਦੇ ਵਿੱਚ ਛੁੱਟੀਆਂ ਦੇ ਦਿਨ ਲਓ ਜੀ ਆਪਾਂ ਬਾਹਰ ਆ ਚੁੱਕੇ ਹਾਂ ਬਰਾਂਡੇ ਦੇ ਵਿੱਚ, ਅਤੇ ਉੱਥੇ ਜਿਸ ਤਰ੍ਹਾਂ ਨਾਲ ਇਤਿਹਾਸ ਦੀਆਂ ਤਸਵੀਰਾਂ ਲਗਾਈਆਂ ਗਈਆਂ ਅਤੇ ਸੰਨ ਜਿਹੜੇ ਹੈਗੇ ਆ ਲਿਖ ਕੇ ਉਹਨਾਂ ਨੂੰ ਮੈਂਸ਼ਨ ਕਰਕੇ ਤਸਵੀਰਾਂ ਦੇ ਨਾਲ ਬਿਆਨ ਕੀਤਾ ਗਿਆ, ਤੁਸੀਂ ਉੱਪਰ ਦੇਖ ਰਹੇ ਹੋ ਉੱਪਰ ਸੰਨ ਲਿਖੇ ਹੋਏ ਆ ਅਤੇ ਨਾਲ ਥੱਲੇ ਉਹਦੇ ਨਾਲ ਸੰਬੰਧਿਤ ਤਸਵੀਰਾਂ ਲਗਾਈਆਂ ਗਈਆਂ ਜਿਵੇਂ ਕਿ 1838 ਮਹਾਰਾਜਾ ਰਣਜੀਤ ਸਿੰਘ, 1845, 1846। ਇਸੇ ਤਰ੍ਹਾਂ ਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਉਹਨਾਂ ਦਾ ਜੀਵਨ ਜਿਵੇਂ ਜਿਵੇਂ ਚੱਲਦਾ ਗਿਆ, ਜਿਵੇਂ ਜਿਵੇਂ ਅੱਗੇ ਮਹਾਰਾਜਾ ਦਲੀਪ ਸਿੰਘ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੱਚੇ, ਜਿਵੇਂ ਉਹਨਾਂ ਨੇ ਕਿਲ੍ਹੇ ਬਣਾਏ, ਉਹ ਉਸੇ ਤਰ੍ਹਾਂ ਹੀ 1847 ਜਿਵੇਂ ਦੇਖ ਰਹੇ ਹੋ, ਉਹ ਤਰਤੀਬ ਵਾਰ ਉਸੇ ਤਰ੍ਹਾਂ ਨਕਸ਼ਾ ਸਾਹਮਣੇ ਦੇਖ ਰਹੇ ਹੋ, ਉਹ ਬਣਾ ਕੇ ਆਪਾਂ ਨੂੰ ਇੰਨਾ ਕੁ ਵਧੀਆ ਸੋਹਣੇ ਅਤੇ
ਬਹੁਤ ਹੀ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਵੀ ਆਪਾਂ ਜੇ ਉਸ ਜਗ੍ਹਾ ਦੇ ਉੱਤੇ 2 ਤੋਂ 2.5 ਘੰਟੇ ਲਗਾ ਲੈਂਦੇ ਹਾਂ, 3 ਘੰਟੇ, ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਹਿਸਟਰੀ ਪੜ੍ਹਨ ਦੀ ਲੋੜ ਪਊਗੀ। ਤੁਸੀਂ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਬਾਰੇ ਕਾਫ਼ੀ ਕੁਝ ਜਾਣ ਲਓਗੇ। ਅਤੇ ਕਈ ਜਗ੍ਹਾ ਦੇ ਉੱਤੇ ਤੁਸੀਂ ਦੇਖ ਰਹੇ ਹੋ ਪਲਸਤਰ ਨਹੀਂ ਕੀਤਾ ਗਿਆ, ਤਾਂ ਉਹਦਾ ਮਤਲਬ ਵੀ ਇਹੀ ਆ ਵੀ ਪੁਰਾਣੀਆਂ ਕੁਛ ਨਿਸ਼ਾਨੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਨੂੰ ਹਜੇ ਬਿਨਾਂ ਪਲਸਤਰ ਤੋਂ ਸੰਭਾਲਿਆ ਜਾ ਸਕਦਾ ਸੀ, ਉਹਨਾਂ ਦੀ ਸੰਭਾਲ ਕੀਤੀ ਗਈ ਆ। ਇਹ ਪਲਸਤਰ ਉੱਥੇ ਬਾਹਰ ਕੀਤਾ ਗਿਆ ਜਿੱਥੇ ਤੁਸੀਂ ਇਹ ਕਹਿ ਸਕਦੇ ਹੋਗੇ ਵੀ ਉਹਨਾਂ ਦੀ ਜਿਹੜੀ ਚਿਣਾਈ ਆ ਉਹ ਬਹੁਤ ਹੀ ਜ਼ਿਆਦਾ ਖਸਤਾ ਹੋ ਚੁੱਕੀ ਸੀ। ਅਤੇ 1856 ਤੱਕ ਆਪਾਂ ਪਹੁੰਚ ਗਏ, ਜਿਵੇਂ 1838 ਤੋਂ ਸ਼ੁਰੂ ਕੀਤਾ। ਤੁਸੀਂ ਪੂਰਾ ਬਰਾਂਡੇ ਦੇ ਚੱਕਰ ਲਗਾਓਗੇ ਤਾਂ ਤੁਸੀਂ ਉਹਨਾਂ ਦੇ ਜੀਵਨ ਦੇ ਆਖਰੀ ਪਲ ਤੱਕ ਪਹੁੰਚ ਜਾਓਗੇ। ਅਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੀਆਂ ਇਤਿਹਾਸਿਕ ਚੀਜ਼ਾਂ ਜੁੜੀਆਂ ਨੇ, ਜਿੱਥੇ ਉਹ ਰਹੇ ਆ, ਜਿੱਥੇ ਉਹ ਗਏ ਆ, ਜਿੱਦਾਂ ਰਹੇ, ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ। ਅਤੇ ਉਹਨਾਂ ਦੇ ਈਵਨ ਕਿ ਜਿਵੇਂ ਹੁਣ ਆਪਾਂ ਪੜ੍ਹ ਵੀ ਰਹੇ ਹਾਂਗੇ ਕਾਗਜ਼ ਜੋ ਉਹਨਾਂ ਦੇ ਮਤਲਬ ਵੀ ਪ੍ਰੋਪਰਟੀ ਨਾਲ ਜੁੜੇ ਸੀਗੇ, ਤਾਂ ਉਹ ਵੀ ਇੱਥੇ ਸਾਰੇ ਮਤਲਬ ਮੌਜੂਦ ਨੇ। ਸਾਰੇ ਨਹੀਂ, ਚਲੋ ਉਹਨਾਂ ਦੇ ਕੁਛ ਟੁਕੜੇ ਮਤਲਬ ਰੱਖੇ ਗਏ ਨੇ ਸਾਂਭ ਕੇ, ਪਰ ਆਪਾਂ ਨੂੰ ਫਿਰ ਵੀ ਇੰਨੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਵੀ ਬਹੁਤ ਹੀ ਵੱਡੀ ਗੱਲ ਆ। ਚਲੋ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਆਨੰਦ ਆ ਰਿਹਾ। ਲਓ ਜੀ, ਇੱਕ ਧੰਨਵਾਦ ਦਾ ਵੀ ਬੋਰਡ ਲਗਾਇਆ ਗਿਆ ਪੰਜਾਬ ਸਰਕਾਰ ਦੇ ਲਈ, ਅਤੇ ਆਪਾਂ ਨੂੰ ਇਹ ਜਿਹੜੀ ਚੀਜ਼ ਆ ਉਹ ਬਹੁਤ ਹੀ ਵਧੀਆ ਲੱਗੀ ਹੈਗੀ ਵੀ ਆਪਾਂ ਉਹ ਚੀਜ਼ਾਂ ਨੂੰ ਦੇਖ ਪਾ ਰਹੇ ਹਾਂਗੇ। ਅਤੇ ਇਹਨਾਂ ਮਤਲਬ ਆਪਣਾ ਕਹਿਣਾ ਇਹ ਹੈਗਾ ਵੀ ਜੇ ਆਪਾਂ ਟੂਰਿਜ਼ਮ ਨੂੰ ਸਪੋਰਟ ਕਰਦੇ ਹਾਂ, ਹਿਸਟੋਰੀਕਲ ਪਲੇਸਿਸ ਨੂੰ ਸਪੋਰਟ ਕਰਦੇ ਹਾਂ, ਤਾਂ ਇਹ ਚੀਜ਼ਾਂ ਬਣਨੀਆਂ ਜ਼ਰੂਰੀ ਆ। ਇਹਦੀ ਟਿਕਟ ਬਹੁਤ ਘੱਟ ਰੱਖੀ ਗਈ, 10 ਰੁਪਏ ਟਿਕਟ ਆ। ਕੋਈ ਵੀ ਬੱਸਿੰਗਾਂ ਕੋਈ ਜ਼ਿਆਦਾ ਦੂਰ ਨਹੀਂ ਗਾ, ਪੰਜਾਬ ਦੇ ਸੈਂਟਰ ਵਿੱਚ ਪੈਂਦਾ, ਹਰ ਕੋਈ ਆ ਕੇ ਇੱਥੇ ਵਿਜ਼ਿਟ ਕਰ ਸਕਦਾ, ਵੇਖ ਸਕਦਾ। ਪਰ ਆਪਣੇ ਬਹੁਤ ਹੀ ਘੱਟ ਲੋਕ ਆ ਜਿਹੜੇ ਇਹੋ ਜਿਹੀ ਮਤਲਬ ਇਤਿਹਾਸਕ ਥਾਵਾਂ 'ਤੇ ਜਾਂਦੇ ਹੈਗੇ, ਮਤਲਬ ਆਪਦਾ ਇੰਟਰਸਟ ਵਿਖਾਉਂਦੇ। ਪਰ ਆਪਾਂ ਫਿਰ ਵੀ ਕਹਿੰਦੇ ਹਾਂ ਬਣੇ ਰਹੋ, ਜੁੜੇ ਰਹੋ ਇਹਨਾਂ ਚੀਜ਼ਾਂ ਨਾਲ। ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਬਹੁਤ ਹੀ ਵੱਡਾ ਹੈਗਾ, ਉਹਦੇ ਨਾਲ ਜੁੜੇ ਰਹੋ। ਅਤੇ ਜਿਹੜੇ ਮੇਰੇ ਵੀਰਾਂ ਨੇ, ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਅਤੇ ਜਲਦੀ ਮਿਲਦੇ ਹਾਂ, ਉਦੋਂ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।